ਰਿਸ਼ਤੇਦਾਰ ਆਏ ਸੀਗੇ। ਕਿਹੜੇ ਕੌਣ ਸੀਗੇ? ਉਹਦਾ ਮਾਂ ਪਿਓ ਆਇਆ ਸੀਗਾ, ਸੱਸ ਸਹੁਰਾ। ਅੱਛਾ। ਉਹ ਮੇਰੇ ਨਾਲ ਹੱਥ ਪਾਈ ਹੋ ਗਿਆ ਮੁੰਡਾ, ਕਹਿੰਦਾ ਕਿਉਂ ਹੱਥ ਪਾਈ ਹੁੰਦਾ? ਕੱਲ੍ਹ ਫਿਰ ਉਹ ਆਏ, ਆ ਕੇ ਮੁੰਡਾ ਉਦੋਂ ਘਰ ਨਹੀਂ ਸੀ, ਫਿਰ ਤੂੰ ਮੈਂ ਹੋਈ। ਉਹ ਕਹਿੰਦੇ ਅਸੀਂ ਆਪਦੀ ਕੁੜੀ ਲੈ ਕੇ ਜਾਣੀ ਹੈ, ਇੱਥੇ ਨਹੀਂ ਛੱਡਣੀ। ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਜਿਹੜੇ ਕੁਲਵਿੰਦਰ ਦੇ ਫਾਦਰ ਦੇ ਵੀ, ਉਹਨਾਂ ਨੇ ਦਲਵੀਰ ਦੇ ਵੀ ਮਾਰੀਆਂ, ਘਰੇ ਚਪੇੜੇ ਚਪੁੜੇ ਮਾਰੇ, ਖਿੱਚ ਤੂੰ ਕੀਤੀ, ਫਿਰ ਦਲਵੀਰ ਦੀ ਵੀ ਕੀਤੀ। ਮੈਨੂੰ ਕਹਿੰਦੇ ਜੀ ਤੁਸੀਂ ਆਪ ਜੀ ਸਾਡੇ ਦੋਵਾਂ ਪਰਿਵਾਰ 'ਚ ਬੋਲਦਾ। ਮੈਂ ਤਾਂ ਇਕੱਲਾ ਹੈਗਾ, ਮੈਂ ਤਾਂ ਸਮਝਾਉਣਾ ਜੀ। ਉਹਨੇ ਮੇਰੇ ਥੱਪੜ ਮਾਰਿਆ, ਇੱਥੋਂ ਗੱਲਬਾਤ ਕੀ, ਉਹਨੇ ਗੁੱਸਾ ਕਰਕੇ ਗੋਲੀ ਖਾ ਕੇ, ਗੋਲੀਆਂ ਖਾ ਕੇ ਜੀ। ਉਹਦੇ ਮਨ ਨੂੰ ਠੇਸ ਪਹੁੰਚੀ ਵੀ ਉਹਨਾਂ ਨੇ ਆ ਕੇ ਮੇਰੇ ਪਿੰਡ 'ਚ, ਮੇਰੇ ਪਿੰਡ ਦੀ ਗਲੀ 'ਚ ਉਹਨਾਂ ਨੇ ਇਹ ਗੱਲ ਆਖੀ ਆ। ਇੱਕ ਉਹਨੂੰ ਅਤੇ ਉਹਦੇ ਫਾਦਰ ਨੂੰ ਕੁੱਟਿਆ, ਇਸੇ ਕਾਰਨ ਹੀ ਉਹਨੇ ਆ ਕੇ ਵੀ ਘਰੇ ਕੋਈ ਜੋ ਕਣਕ 'ਚ ਪਾਉਣ ਨੂੰ ਆਪਾਂ ਦਵਾਈ ਲਿਆਉਣੇ ਆ, ਉਹ ਕਣਕ 'ਚ ਪਾਉਣ ਨੂੰ ਲਿਆਉਂਦੀ ਸੀ ਡਰੰਮ, ਅਤੇ ਉਹਨੇ ਉਹ ਨਿਗਲ ਲਈ ਅਤੇ ਉਹਦੀ ਡੈਥ ਹੋ ਗਈ। ਫਰੀਦਕੋਟ 'ਚ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਤਕਰੀਬਨ 1 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਆਰੋਪ ਲਗਾਏ ਹਨ ਕਿ ਵਿਆਹ ਤੋਂ ਬਾਅਦ ਤੋਂ ਹੀ ਇਹਨਾਂ ਵਿੱਚ ਲੜਾਈ ਝਗੜਾ ਰਹਿੰਦਾ ਸੀ ਅਤੇ ਇਸ ਵਾਰ ਜਦੋਂ ਮ੍ਰਿਤਕ ਨੌਜਵਾਨ ਦੇ ਸਹੁਰੇ ਪਰਿਵਾਰ ਵਾਲੇ ਉਹਨਾਂ ਦੇ ਘਰ ਆਏ ਤਾਂ ਉਹਨਾਂ ਨੇ ਕੁਲਵਿੰਦਰ ਅਤੇ ਉਸਦੇ ਪਿਤਾ ਨਾਲ ਕੁੱਟਮਾਰ ਕੀਤੀ ਅਤੇ ਇਸੇ ਗੱਲ ਦੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਉਹਨਾਂ ਦੇ ਪੁੱਤ ਵੱਲੋਂ ਇਹ ਕਦਮ ਚੁੱਕਿਆ ਗਿਆ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਗੱਲ ਕੀ ਹੋਈ ਸੀਗੀ ਮੁੰਡੇ ਨਾਲ? ਕੋਈ ਗੱਲਬਾਤ ਨਹੀਂ ਜੀ। ਹਾਂਜੀ, ਕੋਈ ਗੱਲਬਾਤ ਨਹੀਂ, ਧੋਖਾ ਦੇ ਗਿਆ ਜੀ। ਹੋਇਆ ਕੀ ਸੀ, ਕੋਈ ਵਜ੍ਹਾ ਹੋਈ ਹੈ ਜਾਂ ਕਿਸੇ ਨਾਲ ਲੜਾਈ ਝਗੜਾ ਹੋਇਆ ਜਾਂ ਬੋਲ ਬਲੀਆ ਹੋਇਆ ਕਿਸੇ ਨਾਲ? ਰਿਸ਼ਤੇਦਾਰ ਆਏ ਸੀਗੇ। ਕਿਹੜੇ ਕੌਣ ਸੀਗੇ? ਉਹਦਾ ਮਾਂ ਪਿਓ ਆਇਆ ਸੀਗਾ, ਸੱਸ ਸਹੁਰਾ। ਅੱਛਾ। ਉਹ ਮੇਰੇ ਨਾਲ ਹੱਥ ਪਾਈ ਹੋ ਗਿਆ ਮੁੰਡਾ, ਕਹਿੰਦਾ ਕਿਉਂ ਹੱਥ ਪਾਈ ਹੁੰਦਾ? ਉਹ ਕਿਸੇ ਗੱਲ ਨੂੰ ਲੈ ਕੇ ਕੋਈ ਪਹਿਲਾਂ ਵੀ ਝਗੜਾ ਝੁਗੜਾ ਰਹਿੰਦਾ ਸੀ? ਨਹੀਂ, ਕੋਈ ਝਗੜਾ ਨਹੀਂ ਸੀ। ਇਹ ਫਿਰ ਕਰਿਆ ਕਿ ਕਿਉਂ ਬੋਲੇ ਤੁਹਾਡੇ ਨਾਲ ਇੰਨਾ? ਮੈਨੂੰ ਕਹਿੰਦੇ ਜੀ ਤੁਸੀਂ ਆਪ ਜੀ ਸਾਡੇ ਦੋਵਾਂ ਪਰਿਵਾਰ 'ਚ ਬੋਲਦਾ। ਮੈਂ ਤਾਂ ਇਕੱਲਾ ਹੈਗਾ, ਮੈਂ ਤਾਂ ਸਮਝਾਉਣਾ ਜੀ। ਉਹਨੇ ਮੇਰੇ ਥੱਪੜ ਮਾਰਿਆ, ਇੱਥੋਂ ਗੱਲਬਾਤ ਕੀ। ਅੱਛਾ, ਉਸ ਤੋਂ ਬਾਅਦ ਮੁੰਡੇ ਨੇ ਤੁਹਾਡੇ ਨੇ ਫਿਰ ਗੁੱਸਾ ਕਰ ਲਿਆ ਸੀ? ਹਾਂਜੀ, ਉਹਨੇ ਗੁੱਸਾ ਕਰਕੇ ਗੋਲੀ ਖਾ ਗਿਆ। ਕੀ ਫਿਰ ਦਵਾਈ ਪੀਤੀ? ਗੋਲੀਆਂ ਖਾ ਗਏ ਜੀ। ਓਕੇ। ਕਿੰਨਾ ਚਿਰ ਹੋਇਆ ਸੀ ਇਹਦੇ ਵਿਆਹ ਨੂੰ? ਸਾਲ ਹੋਇਆ ਜੀ। ਅਤੇ ਬੱਚਾ ਵੀ ਸੀ ਕੋਈ? ਹਾਂਜੀ। ਇਹ ਲੜਾਈ ਕਿਉਂ ਕਰਦੇ ਸੀ ਇਹਦੇ ਸਹੁਰੇ ਆ ਕੇ ਜਾਂ ਕਿਉਂ ਝਗੜਾ ਕਰਦੇ ਸੀ? ਉਹ ਤੰਗ ਪਛਾਣ ਕਰਦੇ ਸੀਗੇ। ਉਸ ਤੋਂ ਦੁਖੀ ਹੋ ਗਏ ਕਿੰਨੇ? ਅਸੀਂ ਥੋੜ੍ਹੇ ਜ਼ਿਮੀਂਦਾਰ ਸੀਗੇ, ਉਹ ਹੋ ਜਾਗਦੇ ਸੀਗੇ ਜੀ, ਇਸੇ ਕਰਕੇ। ਇਹਨੇ ਮਰਜ਼ੀ ਨਾਲ ਦੀ ਨਾਲ ਵਿਆਹ ਕਰਾਇਆ ਸੀ ਕਿ ਤੁਸੀਂ? ਮਰਜ਼ੀ ਨਾਲ ਜੀ। ਕਿਸ ਸਹਿਮਤੀ ਨਾਲ ਹੋਇਆ ਜੀ? ਪਰਿਵਾਰ ਦੀ? ਪਰਿਵਾਰ ਦੀ ਸਹਿਮਤੀ ਨਾਲ ਜੀ। ਉਸ ਕਿੰਨਾ ਚਿਰ ਹੋਇਆ ਵਿਆਹ ਨੂੰ? ਸਾਲ ਜੀ। ਅਤੇ ਸਾਲ ਤੋਂ ਬਾਅਦ ਹੀ ਲੜਾਈ ਸ਼ੁਰੂ ਹੋ ਗਈ ਸੀਗੀ? ਕਦੋਂ ਸ਼ੁਰੂ ਹੋਇਆ ਝਗੜਾ? ਕੁਛ ਦਿਨ ਹੀ ਹੋਏ ਸੀਗੇ, ਕੋਈ ਝਗੜਾ ਲੜਾਈ ਨਹੀਂ, ਤੂੰ ਤਾਂ ਮੈਂ ਹੀ ਹੁੰਦੀ ਸੀਗੀ। ਅੱਛਾ, ਆਪਸ 'ਚ ਬੋਲ ਬਲ ਗਿਆ ਹੁੰਦਾ। ਅਤੇ ਇਹਦੀ ਆਪਦੇ ਘਰ ਵਾਲੇ ਨਾਲ ਬਣਦੀ ਸੀਗੀ ਪੂਰੀ? ਹਾਂਜੀ। ਅਤੇ ਸਿਰਫ ਸਹੁਰਿਆਂ ਨਾਲ ਹੀ ਥੋੜ੍ਹਾ ਜਿਹਾ? ਸਹੁਰੇ ਤੰਗ ਕਰਦੇ ਸੀ। ਇਹਦਾ ਨਾਂ ਸੀ ਜੀ ਕੁਲਵਿੰਦਰ ਸਿੰਘ। ਇਹ ਕਾਰਨ ਇਹ ਹੈ ਵੀ ਇਹਦਾ ਇੱਕ ਅੱਜ ਤੋਂ ਸਾਲ ਕੁ ਪਹਿਲਾਂ ਇਹਦੀ ਮੈਰਿਜ ਹੋਈ ਸੀ ਜਲੰਧਰ। ਇਹਦੀ ਵਾਈਫ ਨਾਲ ਥੋੜ੍ਹਾ ਜਿਹਾ ਡਿਸਪਿਊਟ ਜਿਵੇਂ ਆਪਸ ਵਿੱਚ ਦੋਨਾਂ ਜੀਆਂ ਦਾ ਹੁੰਦਾ ਚੱਲਦਾ ਸੀ, ਅਤੇ ਇਹਦੇ ਮਤਲਬ ਜਿਹੜੇ ਇਨਲਾਜ਼ ਉਹ ਆਉਂਦੇ ਸੀ ਆ ਕੇ ਇਹਨਾਂ ਨਾਲ ਲੜਾਈ ਝਗੜਾ ਕੁਲਵਿੰਦਰ ਨਾਲ ਵੀ ਕਰਦੇ ਸੀ, ਇਹਦੇ ਪੇਰੈਂਟਸ ਨਾਲ ਵੀ ਕਰਦੇ ਸੀ। ਹੁਣ ਵੀ ਦੋ ਤਿੰਨ ਦਿਨ ਪਹਿਲਾਂ ਵੀ ਉਹ ਆਏ ਆ ਕੇ ਉਹਦੇ ਟਿਕਟ ਕਰਾ ਤਾ, ਪੰਚਾਇਤ ਮੈਂਬਰ ਸਾਡਾ ਗਿਆ, ਦੋਨਾਂ ਧਿਰਾਂ ਨੂੰ ਟਿਕਾ ਤਾ ਵੀ ਉਹਨੂੰ ਕਿਹਾ ਤੁਸੀਂ ਜਾਓ, ਕੋਈ ਗੱਲ ਨਹੀਂ ਜੇ ਦੁਬਾਰਾ ਮਸਲਾ ਹੋਊਗਾ ਤਾਂ ਅਸੀਂ ਇਹ ਆਪੇ ਪੰਚਾਇਤ ਲੈਵਲ 'ਤੇ ਹੱਲ ਕਰਾਂਗੇ। ਕੱਲ੍ਹ ਫਿਰ ਉਹ ਆਏ ਆ ਕੇ ਮੁੰਡਾ ਉਦੋਂ ਘਰ ਨਹੀਂ ਸੀ, ਆ ਕੇ ਇਹਦੇ ਮੁੰਡੇ ਦੇ ਫਾਦਰ ਨੂੰ ਉਹਨਾਂ ਨੇ ਇਹ ਗੱਲ ਕਹੀ ਵੀ ਦੱਸੋ ਕਿੱਥੇ ਮੁੰਡਾ, ਇਹਨੇ ਉਹਨੂੰ ਮੁੰਡੇ ਨੂੰ ਬੁਲਾ ਲਿਆ, ਫਿਰ ਤੂੰ ਮੈਂ ਹੋਈ। ਉਹ ਕਹਿੰਦੇ ਅਸੀਂ ਆਪਦੀ ਕੁੜੀ ਲੈ ਕੇ ਜਾਣੀ ਹੈ, ਇੱਥੇ ਨਹੀਂ ਛੱਡਣੀ। ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਜਿਹੜੇ ਕੁਲਵਿੰਦਰ ਦੇ ਫਾਦਰ ਦੇ ਵੀ, ਉਹਨਾਂ ਨੇ ਦਲਵੀਰ ਦੇ ਵੀ ਮਾਰੀਆਂ, ਉਹਨੂੰ ਘਰੇ ਚਪੇੜੇ ਚਪੁੜੇ ਮਾਰੇ, ਖਿੱਚ ਤੂੰ ਕੀਤੀ, ਫਿਰ ਦਲਵੀਰ ਦੀ ਵੀ ਕੀਤੀ, ਕਿਉਂਕਿ 5-6 ਜਣੇ ਉਹ ਆਏ ਸੀ। ਜਦੋਂ ਉਹਨਾਂ ਨੂੰ ਇੱਕ ਉਹਦੇ ਜਿਵੇਂ ਆਪਾਂ ਕਹਿ ਦਈਏ ਮੁੰਡੇ ਵਾਸਤੇ, ਉਹਨਾਂ ਨੇ ਲਫ਼ਜ਼ ਵੀ ਉਹੋ ਜਿਹੇ ਬੋਲਤੇ ਵੀ ਤੂੰ ਤੇਰੇ ਪੱਲੇ ਕੁਛ ਨਹੀਂ, ਤੈਨੂੰ ਕੁੜੀ ਹੈ ਤੇਰੇ, ਅਸੀਂ ਕਿਵੇਂ ਛੱਡ ਦਈਏ। ਇਸ ਗੱਲ ਤੋਂ ਇੱਕ ਤਾਂ ਉਹਨੂੰ ਐਂ ਹੋ ਗਿਆ ਵੀ ਉਹਨੇ ਕਿਹਾ ਵੀ ਮੇਰੇ ਬੱਚੀ ਕਿਵੇਂ ਹੋ ਗਈ ਜੇ ਮੈਂ ਸਹੀ ਨਾ ਹੁੰਦਾ।
एक उन्होंने ये प्रॉब्लम उन्होंने लग्या वो मन में ठेस पहुंची भी उन्होंने आके मेरे पिंड की गली उन्होंने ये गल आखी है। एक उन्होंने तो फादर को कुटिया इस कारण ही उन्हें आके भी घर कोई जो जो कणक च पाने आप दवाई लियाने वो कणक च पाने लिया ड्रम तो उन्हें निकल ली तो वो डैथ हो गई। हाँ पुलिस ने एक ये मुंडे के फादर के बयान से पुलिस ने मामला दर्ज कर लिया तो उदू अगली कार्रवाई पुलिस जो आँगी अमल च लियागी। मुंडे की उम्र वो 22 साल होगी जी क्योंकि वो घर इन्हों रोटी पकाने का साधन नहीं क्योंकि मदर कोई घरेलू प्रॉब्लम करके नहीं रही सी इतने तो मुंडा मुंडे का फादर तो एक छोटा जिहा ब्रदर तिने ही रेंदे सी इस करके उन्होंने छेती विआह लिया। ये जो मृतक लड़का जी ये पिंड मचाकी पैंदा साढ़े सदर फरीदकोट का करीब साल डेढ़ साल पहले इसकी शादी हुई सी तो ये बेटी है एक दो महीने की कल शामी 19 तरीक शाम 6 बजे जो अपने सहुरे वाले आए इन्हों का पहला भी माड़ा मोटा सीगा परिवार के जमें झगड़ा मुंडा परेशान सी उन्होंने जो इल्जाम लाया उन्होंने आके मुंडे की जोड़े सहुरे से मुंडे जो जलंधर आए ने परिवार आया उन्हें मुंडे की कुटमार की वो पहले ही थोड़ी बहुत टेंशन चलती सी अपने परिवार ना उन्हें जहरीली चीज खा के सुसाइड कर लिया। उस वजह साढ़े को इनफॉर्मेशन आई असी जाके अपने मुंडे के फादर के बयान से तलवीर सिंह असी 306 तहत 6 जणियां ते केस रजिस्टर कर लिया और 6 जणे असी कल उनकी अरेस्ट पाती है जो कि फर्दर इन्वेस्टिगेशन होगी वो बाद में। फरीदकोट तो गगनदीप सिंह की रिपोर्ट। बिल्कुल सच, ज्योतिष एक विद्या एक साइंस। एस्ट्रोलॉजर बाबा धर्मिंदर जी दा सारी दुनिया नू खुला चैलेंज कि तुसी जिंदगी दी किसी भी समस्या तो परेशान हो कि तुहाडे व्याह विच हो रही है देरी कि तुसी संतान सुख तो वांझे हो कि तुहानू तुहाडा मनचाहा प्यार नहीं मिल रहा कि तुसी लाउणा चाहुंदे हो लॉटरी दा सही नंबर कि तुहानू नौकरी नहीं मिल रही कि तुहाडा वीजा नहीं लग रहा कि तुसी विदेश च पक्का होना चाहुंदे हो धन दी कमी बीमारी तो परेशानी घर बैठे बिठाए ही किया जाएगा तुहाडी समस्या दा समाधान फीस कम होने तो बाद। इन्हां सारियां समस्यावां दे पक्के हल एक बार जरूर मिलो एस्ट्रोलॉजर बाबा धर्मिंदर जी नूं जो करदे ने मुफ्त सेवा मुफ्त समाधान।